ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਰੈਜੂਲੇਸ਼ਨ ਪਾਸ ਕੀਤਾ ਗਿਆ ਸੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਵਿੱਚ ਸਿੱਖ ਬੀਬੀਆਂ ਵੱਲੋਂ ਕੀਰਤਨ ਦੀ ਇਜਾਜ਼ਤ ਦੇਣ ਦੀ ਮੰਗ ਰੱਖੀ ਗਈ ਸੀ। ਹੁਣ ਇਸ ਰੈਜੂਲੇਸ਼ਨ ਨੂੰ ਪੰਜਾਬ ਸਰਕਾਰ ਨੇ ਪਾਸ ਕਰ ਦਿੱਤਾ ਤੇ ਇਸ ਖਬਰ ਦੇ ਨਾਲ ਹੀ ਸਿੱਖ ਬੀਬੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਹਿਲਾਂ ਤੁਸੀਂ ਵੀ ਅਸੀਂ ਵੀ ਕੀਰਤਨ ਕਰੇ ਜਿਸ ਤਰ੍ਹਾਂ ਜੈਂਟਸ ਕਰਦੇ ਨੇ, ਸਾਡਾ ਵੀ ਦਿਲ ਕਰਦਾ ਸੀਗਾ, ਪਰ ਹੁਣ ਜਿਹੜਾ ਇਹ ਮਤਾ ਪਾਸ ਹੋ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਮਤਾ ਸਾਡੇ ਹੱਕ ਵਿੱਚ ਹੋਇਆ ਅਤੇ ਇਸਤਰੀ ਜਾਤੀ ਨੂੰ ਮਾਣ ਮਿਲਿਆ। ਜੋ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੁੱਖ ਮੰਦ ਆਖੀਏ ਜਿੱਤ ਜੰਮੇ ਰਾਜਾਂ ਦੇ, ਇਸ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਸਤਰੀਆਂ ਨੂੰ ਪੂਰਾ ਮਾਣ ਦਿੱਤਾ ਜਾ ਰਿਹਾ। ਹਾਂਜੀ, ਰਿਹਰਸਲ ਵੀ ਕਰ ਰਹੇ ਹਾਂ, ਵੈਸੇ ਅਸੀਂ ਪਹਿਲਾਂ ਤੋਂ ਵੀ ਥੋੜ੍ਹਾ ਬਹੁਤਾ ਕਰ ਲੈਂਦੇ ਹਾਂ, ਹੁਣ ਰਿਹਰਸਲ ਵੀ ਚੱਲ ਰਹੀ ਹੈ ਕਿਉਂਕਿ 550 ਸਾਲਾਂ ਦੇ ਉੱਤੇ ਜ਼ਿਆਦਾ ਖੁਸ਼ੀ ਹੈ ਸਾਨੂੰ, ਬਹੁਤ ਖੁਸ਼ੀ ਕਰਕੇ ਸਾਨੂੰ। ਕਿੱਥੇ ਕੀਰਤਨ ਕਰਨਾ ਤੁਸੀਂ? ਹੁਣ ਅਸੀਂ ਗੁਰਦੁਆਰਾ ਸਾਹਿਬ ਕਰਾਂਗੇ ਜੀ, ਨਗਰ ਕੀਰਤਨ 'ਚ ਵੀ ਕਰਾਂਗੇ। ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਕੀਰਤਨ ਦੀਆਂ ਤਿਆਰੀਆਂ? ਹਾਂਜੀ, ਤਿਆਰੀਆਂ ਨੇ ਪੂਰੀਆਂ ਸਾਡੀਆਂ। ਕਿੱਥੇ ਕਿੱਥੇ ਕਰੋਗੇ? ਸਾਰੇ ਭਵਾਨੀਗੜ੍ਹ 'ਚ ਜੀ ਜਾਵਾਂਗੇ ਨਗਰ ਕੀਰਤਨ 'ਚ। ਗੁਰਦੁਆਰਾ ਸਾਹਿਬ? ਹਾਂਜੀ, ਗੁਰਦੁਆਰਾ ਸਾਹਿਬ ਤੋਂ ਚੱਲਾਂਗੇ ਜੀ। ਨਾ ਜੀ, ਕੋਈ ਰੋਕ ਟੋਕ ਨਹੀਂ ਹੈਗੀ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ 550 ਸਾਲ ਅਸੀਂ ਮਨਾ ਰਹੇ ਹਾਂ, ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਅਸੀਂ ਬਹੁਤ ਜ਼ਿਆਦਾ ਮਤਲਬ ਉਤਸ਼ਾਹਿਤ ਹੋ ਕੇ ਹੀ ਇਹ ਕੰਮ ਕਰ ਰਹੇ ਹਾਂ। ਸਾਡੀ ਆਪਣੀ ਸੁਸਾਇਟੀ ਵੀ ਬਣੀ ਹੋਈ ਹੈ ਔਰ ਅਸੀਂ ਲਗਾਤਾਰ ਨਿਰੰਤਰ ਇਹ ਕੰਮ ਕਰ ਰਹੇ ਹਾਂ। ਅੱਜ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਕੀਰਤਨ ਜਿਹੜਾ ਫਿਰ ਅੱਜ ਤੁਸੀਂ ਰੱਖਿਆ? ਹਾਂਜੀ, ਇਹ ਕੀਰਤਨ ਵੀ ਅਸੀਂ ਉਹਨਾਂ ਦੀ ਯਾਦ ਵਿੱਚ ਹੀ ਰੱਖੀ, ਉਹਨਾਂ ਦੀ ਖੁਸ਼ੀ ਵਿੱਚ ਮਨਾ ਰਹੇ ਅਤੇ ਗੁਰੂ ਸਾਹਿਬਾਨ ਨੇ ਤੁਹਾਨੂੰ ਮੌਕਾ ਦਿੱਤਾ? ਹਾਂਜੀ, ਸਾਨੂੰ ਗੁਰੂ ਸਾਹਿਬਾਂ ਨੇ ਮੌਕਾ ਦਿੱਤਾ, ਅਸੀਂ ਸਾਰੀ ਸੰਗਤ ਰਲ ਮਿਲ ਕੇ ਅਸੀਂ ਕੀਰਤਨ ਕਰਦੇ ਹੁੰਦੇ ਹਾਂ, ਅੱਜ ਵੀ ਅਸੀਂ ਕਰਦੇ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਰੇ ਹਾਊਸ ਨੇ ਮਤਾ ਪਾਸ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਕੀਰਤਨ ਕਰ ਸਕਣਗੀਆਂ, ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਬੀਬੀਆਂ ਦੀ ਬੜੀ ਲੰਬੀ ਸੇਵਾ ਹੈ। ਅਸੀਂ ਵੀ ਪ੍ਰਧਾਨ ਜੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ 550 ਸਾਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਸ 'ਤੇ ਬੀਬੀਆਂ ਨੂੰ ਇਜਾਜ਼ਤ ਦਿੱਤੀ ਜਾਵੇ। ਇਸ ਤਰ੍ਹਾਂ ਇੱਕ ਨਵਾਣੇ ਸਿੱਖ ਵਜੋਂ ਬੇਨਤੀ ਕਰ ਸਕਦੇ ਹਾਂ ਕਿਉਂਕਿ ਕਰਨਾ ਪੁਰਾਣੇ ਸਮੇਂ 'ਚ ਨਹੀਂ, ਸਾਨੂੰ ਇੰਨਾ ਤਾਂ ਪਤਾ ਨਹੀਂ ਵੀ ਰਵਾਇਤ ਹੈਗੀ ਸੀ ਕਿ ਨਾ, ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਬੀਬੀ ਇਹਨੂੰ ਔਰਤ ਜਾਤੀ ਨੂੰ ਬੜਾ ਮਾਣ ਸਤਿਕਾਰ ਦਿੱਤਾ ਹੈ, ਸੋ ਕਿਉਂ ਮੰਦਾ ਆਖੇ ਜਿੱਤ ਜੰਮੇ ਰਜਾਣ। ਇਸ ਮੌਕੇ 'ਤੇ ਇੱਕ ਬਹੁਤ ਵਧੀਆ ਸ਼ਲਾਘਾ ਜੋ ਕਦਮ ਹੈ ਸਾਰੇ ਹਾਊਸ ਦਾ, ਸਾਰਿਆਂ ਨੇ ਇਕਮੁੱਠ ਹੋ ਕੇ ਮਤਾ ਦੇ ਪਾਸ ਵੀ ਕੀਤਾ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਜ਼ਰੂਰ ਲਾਗੂ ਹੋਣਾ ਚਾਹੀਦਾ। ਬਹਿਰਹਾਲ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਖੁਸ਼ੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਵਿੱਚ ਰੈਜੂਲੇਸ਼ਨ ਪਾਸ ਹੋਇਆ, ਉਹ ਚਾਹੁੰਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਵੀ ਸ਼੍ਰੋਮਣੀ ਕਮੇਟੀ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਦੇਣ। ਭਵਾਨੀਗੜ੍ਹ ਤੋਂ ਰਾਜੀਵ ਸ਼ਰਮਾ, ਆਜ਼ਾਦ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।